ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗਿੱਲ। ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਦਿੱਲੀ ਦੇ ਭਾਜਪਾ ਵਿਧਾਇਕਾਂ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ, ਕਿਹਾ ਕੇਜਰੀਵਾਲ ਸਰਕਾਰ ਕੀਤੀ ਜਾਵੇ ਬਰਖਾਸਤ, ਸੰਵਿਧਾਨਿਕ ਸੰਕਟ ਦਾ ਦਿੱਤਾ ਹਵਾਲਾ, ਰਾਸ਼ਟਰਪਤੀ ਨੇ ਉਚਿਤ ਕਾਰਵਾਈ ਲਈ ਗ੍ਰਹਿ ਮੰਤਰਾਲੇ ਨੂੰ ਭੇਜਿਆ ਪੱਤਰ। ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰੀ ਰਾਜ ਮੰਤਰੀ ਨਵਨੀਤ ਸਿੰਘ ਬਿੱਟੂ ਨਾਲ ਕੀਤੀ ਮੁਲਾਕਾਤ, ਰੇਲ ਪ੍ਰੋਜੈਕਟ ਨਾਲ ਜੁੜੇ ਅਹਿਮ ਮੁੱਦੇ ਉਠਾਏ। ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ, 9 ਉਮੀਦਵਾਰਾਂ ਦੇ ਨਾਮ ਦਾ ਕੀਤਾ ਗਿਆ ਐਲਾਨ। ਤੇ ਹੁਣ ਖਬਰਾਂ ਵਿਸਤਾਰ ਨਾਲ। ਦਿੱਲੀ ਦੇ ਭਾਜਪਾ ਵਿਧਾਇਕਾਂ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਪੱਤਰ ਲਿਖ ਕੇ ਕੇਜਰੀਵਾਲ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਰਾਸ਼ਟਰਪਤੀ ਦਫ਼ਤਰ ਨੇ ਪੱਤਰ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤਾ ਹੈ। ਪੱਤਰ ਵਿੱਚ ਲਿਖਿਆ ਗਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਨੇ, ਅਜਿਹੇ ਵਿੱਚ ਕਈ ਸਰਕਾਰੀ ਕੰਮ ਰੁਕੇ ਹੋਏ ਨੇ ਅਤੇ ਫਾਈਲਾਂ ਉੱਤੇ ਦਸਤਖਤ ਨਹੀਂ ਹੋ ਰਹੇ। ਇਸ ਪੱਤਰ ਉੱਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਸਮੇਤ 7 ਹੋਰ ਵਿਧਾਇਕਾਂ ਅਤੇ ਇੱਕ ਸਾਬਕਾ ਵਿਧਾਇਕ ਨੇ ਦਸਤਖਤ ਕੀਤੇ ਨੇ। ਰਾਸ਼ਟਰਪਤੀ ਨੇ ਉਚਿਤ ਕਾਰਵਾਈ ਲਈ ਪੱਤਰ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰੀ ਰਾਜ ਮੰਤਰੀ ਨਵਨੀਤ ਸਿੰਘ ਬਿੱਟੂ ਦੇ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਦੀ ਨਗਰੀ ਰਮਦਾਸ ਵਿਖੇ ਖਸਤਾ ਹਾਲਤ ਰੇਲਵੇ ਸਟੇਸ਼ਨ ਨੂੰ ਫਿਰ ਤੋਂ ਬਣਾਉਣ ਦਾ ਮੰਗ ਪੱਤਰ ਦਿੱਤਾ। ਧਾਲੀਵਾਲ ਨੇ ਕਿਹਾ ਕਿ ਅਰਵਨੀਤ ਬਿੱਟੂ ਨੇ ਭਰੋਸਾ ਦਿਵਾਇਆ ਕਿ ਅਗਲੇ 6 ਮਹੀਨਿਆਂ ਵਿੱਚ ਇਹ ਰੇਲਵੇ ਸਟੇਸ਼ਨ ਬਣਨਾ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਹੀ ਅਜਨਾਲਾ ਬਲੜਵਾਲ ਵਿੱਚ ਰੇਲਵੇ ਲਾਈਨ ਵਿਛਾ ਕੇ ਇਸ ਸਰਹੱਦੀ ਇਲਾਕੇ ਨੂੰ ਪੂਰੇ ਭਾਰਤ ਨਾਲ ਜੋੜਨ ਲਈ ਵੀ ਮੰਗ ਪੱਤਰ ਦਿੱਤਾ ਗਿਆ ਅਤੇ ਅਰਵਨੀਤ ਬਿੱਟੂ ਨੇ ਭਰੋਸਾ ਦਿਵਾਇਆ ਕਿ ਜਲਦ ਹੀ ਇਸ ਉੱਤੇ ਕੰਮ ਸ਼ੁਰੂ ਹੋ ਜਾਵੇਗਾ। ਮੁਲਾਕਾਤ ਮੇਰੀ ਦੇਸ਼ ਦੇ ਕੇਂਦਰੀ ਰਾਜ ਮੰਤਰੀ ਰੇਲਵੇ ਡਿਪਾਰਟਮੈਂਟ ਦੇ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਦੇ ਨਾਲ ਹੋਈ। ਉਹਦਾ ਬੜੀ ਲੰਮਾ ਸਮਾਂ ਗੱਲ ਹੋਈ ਆ, ਉਦੋਂ ਬੜਾ ਉਹਨਾਂ ਨੇ ਪੋਜ਼ਿਟਿਵ ਹੰਗਾਰਾ ਦਿੱਤਾ ਔਰ ਉਹਨਾਂ ਨੇ ਜਿਹੜੀਆਂ ਮੈਂ ਮੰਗਾਂ ਰੱਖੀਆਂ ਸੀਗੀਆਂ ਉਹ ਮੰਗਾਂ ਜਿਹੜੀਆਂ ਮੰਨਣ ਦਾ ਮਤਲਬ ਜਿਹੜਾ ਉਹ ਮਤਲਬ ਐਲਾਨ ਵੀ ਕੀਤਾ। ਉਹ ਉਹਨਾਂ ਦੀ ਵੀਡੀਓ ਵੀ ਆਜੂਗੀ ਹੁਣੇ। ਪਰ ਮੇਰੀਆਂ ਮੰਗਾਂ ਸੀਗੀਆਂ ਕਿ ਇੱਕ ਤਾਂ ਜਿਹੜਾ ਸਾਡਾ ਅਜਨਾਲਾ ਖੇਤਰ, ਇਹ ਅਜਨਾਲਾ ਜਿਹੜਾ ਬਾਰਡਰ ਦੇ ਉੱਤੇ ਆ, ਪੱਛੜ ਗਿਆ। ਉਸ ਅਜਨਾਲੇ ਹਲਕੇ ਦੇ ਵਿੱਚ ਕੋਈ ਇੰਡਸਟਰੀ ਯੂਨਿਟ ਨਹੀਂ ਗਾ ਔਰ ਸਾਡੇ ਸਿਰਫ ਇੱਕ ਉੱਥੇ ਗੰਨਾ ਮਿੱਲ ਹੈ। ਮੈਂ ਉਹਨਾਂ ਨੂੰ ਕਿਹਾ ਕਿ ਉੱਥੇ ਉਦਯੋਗ ਨਹੀਂ ਲੱਗਾ, ਉੱਥੇ ਕੋਈ ਕਾਲਜ ਵਗੈਰਾ ਐਜੂਕੇਸ਼ਨ ਸੰਸਥਾਵਾਂ ਨਹੀਂ ਬਣੀਆਂ ਔਰ ਲੋਕ ਜਿਹੜੇ ਪੜ੍ਹਾਈ ਦੇ ਪੱਖੋਂ ਉੱਥੇ ਕਮਜ਼ੋਰ ਹੋ ਗਏ। ਉਹਦੇ 40-45 ਪਿੰਡ ਜਿਹੜੇ ਰਾਜ ਸਿੱਖ ਬਰਾਦਰੀ ਦੇ ਆ, ਉਹ ਬੱਲੜ ਵਾਲੇ ਏਰੀਆ ਵੱਜਦਾ। ਅਤੇ ਉਹਨਾਂ ਨੂੰ ਮੈਂ ਕਿਹਾ ਕਿ ਉੱਥੋਂ ਦੇ ਬੱਚੇ ਬੜੇ ਮਿਹਨਤੀ ਆ, ਕੰਮ ਕਰਨ ਵਾਲੇ ਆ, ਅਤੇ ਆਪਾਂ ਉਹਨਾਂ ਨੂੰ ਰੇਲਵੇ ਲਿੰਕ ਨਾਲ ਜੋੜ ਕੇ ਸਾਰੇ ਦੇਸ਼ ਨਾਲ ਜੋੜ ਕੇ ਉਹਨਾਂ ਨੂੰ ਇੱਕ ਵੱਡੇ ਮੌਕੇ ਦੇਈਏ ਕਿ ਉਹ ਆਪਣੇ ਆਪ ਦਾ ਅਤੇ ਆਪਣੇ ਦੇਸ਼ ਦੀ ਕੁਛ ਮਤਲਬ ਜਿਹੜਾ ਕਰ ਸਕਣ। ਸੋ ਇਹ ਗੱਲ ਹੀ ਮੰਨੇ, ਇਹਦੇ ਲਈ ਉਹ ਸ਼ੁਰੂ ਕਰਨਗੇ। ਅਤੇ ਦੂਸਰਾ ਮਤਲਬ ਜਿਹੜਾ ਇੱਕ ਸਾਡੇ ਡੇਰਾ ਬਾਬਾ ਨਾਨਕ ਅੰਮ੍ਰਿਤਸਰ ਤੋਂ ਰੇਲ ਚੱਲਦੀ ਆ, ਜਿਹੜੀ ਅੱਗੇ ਕਰਤਾਰਪੁਰ ਨਾਲ ਜੋੜਦੇ ਆ, ਉਹ ਰੇਲਵੇ ਟਰੈਕ ਜਿਹੜਾ ਉਹਦੇ 'ਤੇ ਸਾਡਾ ਇੱਕ ਮਤਲਬ ਬਾਬਾ ਬੁੱਢਾ ਸਾਹਿਬ ਜੀ ਦਾ ਸ਼ਹਿਰ ਅਮਦਾਸ ਹੈ, ਉਹਦੇ 'ਤੇ ਸਟੇਸ਼ਨ ਹੈ, ਉਹ ਬਹੁਤ ਪੁਰਾਣਾ ਹੋ ਗਿਆ ਅਤੇ ਟੁੱਟ ਗਿਆ, ਖਰਾਬ ਹੋ ਗਿਆ। ਉਹਦੀ ਬਿਲਡਿੰਗ ਮੈਂ ਉਹਨਾਂ ਨੂੰ ਕਿਹਾ ਕਿ ਦੁਬਾਰਾ ਨਵੇਂ ਸਿਰੇ ਤੋਂ ਬਣਾਈ ਜਾਵੇ ਅਤੇ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ 'ਤੇ ਬਣਾਈ ਜਾਵੇ। ਅਤੇ ਉਹ ਇਹ ਗੱਲ ਮੰਨ ਗਏ ਔਰ ਉਹਨਾਂ ਨੇ ਕਿਹਾ ਕਿ 6 ਮਹੀਨਿਆਂ ਦੇ ਵਿੱਚ ਅਸੀਂ ਵਧੀਆ ਰੇਲਵੇ ਸਟੇਸ਼ਨ ਉੱਥੇ ਜਿਹੜਾ ਉਹ ਬਣਾ ਦਾਂਗੇ। ਸੋ ਦੋਵੇਂ ਮੰਗਾਂ 'ਤੇ ਆਏ ਦੋਵੇਂ ਮੰਗ। ਆਮ ਆਦਮੀ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਦੂਜੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 9 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਹੁਣ ਤੱਕ ਕੁੱਲ 29 ਉਮੀਦਵਾਰਾਂ ਦੇ ਨਾਮ ਦਾ ਐਲਾਨ ਹੋ ਚੁੱਕਿਆ ਹੈ।
ਸੋਮਵਾਰ ਨੂੰ ਆਮ ਆਦਮੀ ਪਾਰਟੀ ਦੀ ਪਹਿਲੀ ਸੂਚੀ ਆਈ ਸੀ, ਜਿਸ ਵਿੱਚ ਆਮ ਆਦਮੀ ਪਾਰਟੀ ਨੇ 20 ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਸੀ। ਦੂਜੀ ਸੂਚੀ ਵਿੱਚ ਜਿਨ੍ਹਾਂ ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਗਿਆ ਉਹਨਾਂ ਵਿੱਚ ਸਦਰਾ ਤੋਂ ਰੀਤਾ ਬਾਮਨੀਆ, ਥਾਣੇਸਰ ਤੋਂ ਕ੍ਰਿਸ਼ਨ ਬਜਾਜ, ਇੰਦਰੀ ਤੋਂ ਹਵਾ ਸਿੰਘ, ਰਤੀਆ ਤੋਂ ਮੁਖਤਿਆਰ ਸਿੰਘ, ਬਾਜੀਗਰ ਆਦਮਪੁਰ ਤੋਂ ਐਡਵੋਕੇਟ ਭੁਪਿੰਦਰ ਬੇਨੀਵਾਲ ਅਤੇ ਹੋਰਨਾਂ ਦੇ ਨਾਂ ਸ਼ਾਮਲ ਨੇ। ਇਸ ਤੋਂ ਪਹਿਲਾਂ ਹਰਿਆਣਾ ਚੋਣਾਂ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਗੱਠਜੋੜ ਦੀ ਗੱਲਬਾਤ ਚੱਲ ਰਹੀ ਸੀ, ਹਾਲਾਂਕਿ ਸੀਟ ਵੰਡ ਨੂੰ ਲੈ ਕੇ ਗੱਲ ਨਹੀਂ ਬਣੀ। ਇਸੇ ਵਿਚਾਲੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਵੱਲੋਂ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਸੀ। ਦੱਸ ਦੇਈਏ ਕਿ ਅੱਜ ਬੀਜੇਪੀ ਨੇ ਵੀ ਆਪਣੀ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਹਰਿਆਣਾ ਵਿੱਚ ਕੁੱਲ 90 ਸੀਟਾਂ ਉੱਤੇ ਚੋਣਾਂ ਹੋਣ ਜਾਰੀਆਂ ਨੇ। ਇੱਥੇ ਇੱਕ ਹੀ ਪੜਾਅ ਵਿੱਚ 5 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ 8 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਪੰਜ ਸਿੰਘ ਸਾਹਿਬਾਨ ਦੇ ਆਦੇਸ਼ ਮੁਤਾਬਕ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਸਰਵਣ ਸਿੰਘ ਫਲੌਰ ਆਪਣਾ ਆਪਣਾ ਸਪਸ਼ਟੀਕਰਨ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ। ਦੋਵਾਂ ਆਗੂਆਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਵੀ ਹੁਕਮ ਹੋਵੇਗਾ ਉਹ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ। ਜੋ ਹੁਕਮ ਸੀ ਉਹ ਅਸੀਂ ਜਾ ਕੇ ਬੇਨਤੀ ਪੱਤਰ ਆਪਦਾ ਦੇਖ ਕੇ ਦੇ ਆਏ ਹਾਂ। ਗਾਹਾਂ ਵਾਲਾ ਜੋ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੋਊਗਾ ਸਿਰ ਮੱਥੇ ਮੰਨਾਂਗੇ, ਮਾਨਸਿਕ ਤੌਰ ਤੇ ਮੰਨਾਂਗੇ। ਅੱਜ ਵੀ ਨਿਮਰਤਾ ਨਾਲ ਹੀ ਇੱਥੇ ਆਏ ਹਾਂ, ਕੋਈ ਪਾਰਟੀ ਦਾ ਸਾਡੇ ਕੋਲ ਅਹੁਦਾ ਨਹੀਂ, ਕੋਈ ਹੋਰ ਨਹੀਂ, ਕੁਛ ਸਾਰਾ ਕੁਛ ਛੱਡ ਕੇ ਇੱਥੇ ਆਏ ਹਾਂ। ਬਾਕੀ ਹੁਕਮ ਜੋ ਅਕਾਲ ਤਖ਼ਤ ਦਾ ਹੋਊਗਾ ਸਿਰ ਮੱਥੇ, ਜਿਹੜਾ ਲਿਖਤੀ ਸਪਸ਼ਟੀਕਰਨ ਦਿੱਤਾ ਉਸਦੇ ਵਿੱਚ ਕੀ ਲਿਖਿਆ ਗਿਆ? ਅਕਾਲ ਤਖ਼ਤ ਨੂੰ ਦਿਆ ਜੀ ਉਹਨਾਂ ਦਾ ਕੰਮ ਆ, ਉਹ ਕੁਛ ਕਰਨ ਨਾ ਕਰਨ। ਮੈਂ ਤਾਂ ਬੇਨਤੀ ਇਹ ਕੀਤੀ ਆਪਣਾ ਸਪਸ਼ਟੀਕਰਨ, ਮੈਂ 2007 ਤੋਂ 2012 ਤੇ ਇਹਨਾਂ ਮਿਨਿਸਟਰ ਨਹੀਂ ਸੀ, 2012 ਤੋਂ ਲੈ ਕੇ 14 ਤੇ ਸੀ, 14 ਚ ਮੈਂ ਆਪਣਾ ਅਸਤੀਫਾ ਦੇ ਦਿੱਤਾ ਸੀ ਤੇ 15 ਤੋਂ ਬਾਅਦ ਇਹ ਸਾਰੀਆਂ ਘਟਨਾਵਾਂ ਹੋਈਆਂ। ਇਹ ਸਾਰੀਆਂ ਘਟਨਾਵਾਂ ਨੂੰ ਦੇਖਦੇ ਜਿਹੜੀਆਂ ਇਹ ਨਿੰਦਣਯੋਗ ਨਾ ਬਰਦਾਸ਼ਤ ਯੋਗ ਜਿਹੜੀਆਂ ਇਹ ਪੰਥਕ ਘਟਨਾਵਾਂ, ਪੰਥਕ ਦੇ ਜਿਹੜੇ ਦਰਦ ਉਹਨਾਂ ਨੂੰ ਦੇਖ ਕੇ ਮੈਂ ਫਿਰ 2016 ਚ ਤਾਂ ਮੈਂ ਅਕਾਲੀ ਦਲ ਦੀ ਮੈਂਬਰਸ਼ਿਪ ਤੋਂ ਵੀ ਦੇ ਦਿੱਤਾ ਸੀ ਤੇ ਵਿਧਾਇਕ ਤੋਂ ਵੀ ਅਸਤੀਫਾ ਦੇ ਦਿੱਤਾ ਸੀ। ਤਾਂ ਕਾਰਨਾ ਕਰਕੇ ਸਪਸ਼ਟੀਕਰਨ ਦੇ ਵਿੱਚ ਤੁਹਾਡੇ ਵੱਲੋਂ ਕੀ ਲਿਖਿਆ ਗਿਆ? ਮੈਂ ਤੇ ਇਹੀ ਬੇਨਤੀ ਕੀਤੀ ਆ, ਬਾਕੀ ਦੋ ਹੁਕਮ ਆ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਉਹ ਸਿਰ ਮੱਥੇ ਅਸੀਂ ਪ੍ਰਵਾਨ ਕਰਾਂਗੇ। ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਆਗੂ ਅਮਰਵੀਰ ਸਿੰਘ ਟੋਟ ਭਾਈ ਲਖਵੀਰ ਸਿੰਘ ਸੇਖੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਦੇਣ ਲਈ ਪਹੁੰਚੇ। ਇਸ ਮੌਕੇ ਉਹਨਾਂ ਵੱਲੋਂ ਕਿਹਾ ਗਿਆ ਕਿ ਅਕਾਲੀ ਦਲ ਦੇ ਰਾਜ ਵਿੱਚ ਜੋ ਬੇਅਦਬੀਆਂ ਹੋਈਆਂ ਅਕਾਲੀ ਦਲ ਦੇ ਲੀਡਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਭਾਵੇਂ ਦੋ ਧੜੇ ਬਣ ਚੁੱਕੇ ਨੇ ਪਰ ਦੋਵੇਂ ਧੜੇ ਗੁਨਾਹਗਾਰ ਨੇ। ਉਹਨਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਕੋਰ ਕਮੇਟੀ ਦੇ ਅਹੁਦੇਦਾਰਾਂ ਨੂੰ ਵੀ ਤਲਬ ਕੀਤਾ ਜਾਵੇ। ਇਹ 'ਚ ਕੋਈ ਸ਼ੱਕ ਨਹੀਂ ਆ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਉਸ ਸਮੇਂ ਦੀ ਅਕਾਲੀ ਸਰਕਾਰ ਵੱਲੋਂ ਇਹ ਜਿਹੜੀ ਘਟਨੀਆਂ ਵਾਪਰੀਆਂ ਸਨ, ਸਾਰੀ ਸਿੱਖ ਕੌਮ ਦੇ ਹਿਰਦਿਆਂ ਵਿੱਚ ਬੜਾ ਇਸ ਚੀਜ਼ ਦਾ ਗਹਿਰਾ ਦੁੱਖ ਆ, ਕਿਉਂਕਿ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਦੇ ਇਸ਼ਟ ਹਨ ਅਤੇ ਅੱਜ ਅਸੀਂ ਸਿੱਖ ਸਿੰਘ ਫੈਡਰੇਸ਼ਨ ਮਹਿਤਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਕੱਤਰੇ ਦੇ ਵਿਖੇ ਅੱਜ ਮੰਗ ਪੱਤਰ ਦੇਣ ਵਾਸਤੇ ਆਏ ਹਾਂ ਕਿ ਜੋ ਬੇਅਦਬੀ ਘਟਨਾ ਵਾਪਰੀਆਂ ਹਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਉਸ ਗੁਨਾਹਾਂ ਨੂੰ ਮੰਨਿਆ ਹੈ ਅਤੇ ਸਿੱਧੇ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਉਸ ਸਮੇਂ ਦੀ ਭਾਵੇਂ ਉਹ ਕੈਬਨਿਟ ਸੀ ਉਹ ਵੀ ਗੁਨਾਹਗਾਰ ਹੈ ਅਤੇ ਉਸ ਸਮੇਂ ਦੀ ਜਿਹੜੀ ਕੋਰ ਕਮੇਟੀ ਆ, ਜਿਹੜੀ ਅਹਿਮ ਕੋਰ ਕਮੇਟੀ ਮੀਟਿੰਗਾਂ ਕਰਦੀ ਹੈ, ਇਹ ਜੇ ਸਾਨੂੰ ਬੇਨਤੀ ਕਰਨ ਵਾਸਤੇ ਆਏ ਹਾਂ ਕਿ ਉਸ ਸਮੇਂ ਦੀ ਜਿਹੜੀ ਕੋਰ ਕਮੇਟੀ ਆ ਉਸ ਨੂੰ ਵੀ ਤਲਬ ਕੀਤਾ ਜਾਵੇ, ਉਸ ਨੂੰ ਸਜ਼ਾ ਲਾਈ ਜਾਵੇ, ਕਿਉਂਕਿ ਜਿਹੜੀ ਘਟਨਾ ਵਾਪਰੀਆਂ ਹਨ ਪੰਥ ਸਰਕਾਰ ਸੀ ਅਕਾਲੀ ਦਲ ਦੀ ਅਤੇ ਬੜੀ ਦੁੱਖ ਦੀ ਗੱਲ ਹੈ ਕਿ ਉਸ ਟਾਈਮ ਦੇ ਸਾਡੀ ਸਰਕਾਰ ਨੇ, ਅਸੀਂ ਵੀ ਸਰਕਾਰ ਦਾ ਚਲੋ ਅਸੀਂ ਫੈਡਰੇਸ਼ਨ ਵੱਲੋਂ ਵੀ ਇਹਨਾਂ ਸਹਿਯੋਗ ਦਿੰਦੇ ਰਹੇ ਹਾਂ, ਪਰ ਜਦੋਂ ਗੁਰੂ ਮਹਾਰਾਜ ਬੇਦਬੀ ਦਾ ਮਸਲਾ ਆਉਂਦਾ ਹੈ ਉਸ ਵਿੱਚ ਅਸੀਂ ਸਾਡੇ ਵਾਸਤੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਤੋਂ ਸਾਨੂੰ ਪਹਿਲੇ ਹਨ, ਇਸ ਕਰਕੇ ਅਸੀਂ ਜੇ ਤਾਂ ਸਾਨੂੰ ਬੇਨਤੀ ਕਰਦੇ ਹਾਂ ਕਿ ਉਸ ਸਮੇਂ ਦੀ ਜਿਹੜੀ ਕੋਰ ਕਮੇਟੀ ਆ ਉਸ ਨੂੰ ਵੀ ਤਲਬ ਕੀਤਾ ਜਾਵੇ, ਕਿਉਂਕਿ ਕੋਰ ਕਮੇਟੀ ਦੇ ਅਹਿਮ ਫੈਸਲੇ ਕੀਤੇ ਗਏ ਹਨ ਅਤੇ ਕੈਬਨਿਟ ਜਿਹੜੀ ਕੈਬਨਿਟ ਆ ਉਹਨੂੰ ਵੀ ਤਲਬ ਕੀਤਾ ਜਾਵੇ। ਇਹ 'ਚ ਕੋਈ ਸ਼ੱਕ ਨਹੀਂ ਆ ਕਿ ਅਕਾਲੀ ਦਲ ਦੇ ਧੜੇ ਦੋ ਧੜੇ ਬਣ ਚੁੱਕੇ ਹਨ, ਪਰ ਜਿੰਨੇ ਵੀ ਧੜੇ ਹਨ ਇਹ ਸਮੂਹਕ ਰੂਪ 'ਤੇ ਇਹ ਸਾਰੇ ਜ਼ਿੰਮੇਵਾਰ ਹਨ, ਇਹਨਾਂ ਸਾਰਿਆਂ ਨੂੰ ਤਲਬ ਕਰਕੇ
ਜਿਹੜੀ ਆ ਸਭ ਤੋਂ ਸਜ਼ਾ ਲਾਉਣੀ ਚਾਹੀਦੀ ਹੈ। ਕਿਉਂਕਿ ਅੱਜ ਅਸੀਂ ਅਕਾਲ ਤਖਤ ਸਾਹਿਬ ਦੇ ਸਕੱਤਰੇ ਅਤੇ ਜਥੇਦਾਰ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਆਏ ਸੀ, ਜਿਸ ਤਰ੍ਹਾਂ ਕਿ ਪ੍ਰਧਾਨ ਜੀ ਨੇ ਵੀ ਦੱਸਿਆ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਨਾ ਬੜੀਆਂ ਮੁੱਖ ਘਟਨਾਵਾਂ ਵਾਪਰੀਆਂ ਜਿਨ੍ਹਾਂ ਦੇ ਨਾਲ ਸਿੱਖ ਕੌਮ ਦੇ ਅਕਸ਼ ਨੂੰ ਬੜੀ ਢਾਹ ਲੱਗੀ ਆ, ਸਾਡਾ ਅੰਤਰਰਾਸ਼ਟਰੀ ਪੱਧਰ 'ਤੇ ਵੀ ਵਿਕਾਰ ਜਿਹੜਾ ਵਾ ਸਿੱਖਾਂ ਦਾ ਆਪਸੀ ਜਿਹੜਾ ਵਾ ਖਰਾਬ ਹੋਇਆ ਅਤੇ ਆਪਸੀ ਜਿੱਦਾਂ ਇਹਦੇ ਨਾਲ ਪੀੜਤ ਰਹੀ ਆ ਕਿ ਅਸੀਂ ਆਪੋ ਪਾਟ ਦੇ ਵਿੱਚ ਰਹੇ ਹਾਂ। ਉਹਦੇ ਵਿੱਚ ਬਹਿਬਲ ਕਲਾਂ ਗੋਲੀਕਾਂਡ ਹੋ ਗਿਆ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਗਈਆਂ, ਸੁਖਦਾ ਸਾਹਿਬ ਨੂੰ ਮਾਫ਼ੀ ਦੇਣ ਦਾ ਮੁੱਦਾ ਹੋ ਗਿਆ। ਇਹਦੇ ਵਿੱਚ ਜਿਹੜਾ ਮੰਨਿਆ ਜਾਂਦਾ ਕਿ ਮੁੱਖ ਤੌਰ ਦੇ ਉੱਤੇ ਜਿਹੜੀਆਂ ਉਦੋਂ ਸ਼ਕਤੀ ਦੀਆਂ ਧਿਰਾਂ ਸੀਗੀਆਂ, ਜਾਂ ਉਹ ਧਾਰਮਿਕ ਸੀਗੀਆਂ ਜਾਂ ਉਹ ਰਾਜਸੀ ਸ਼ਕਤੀ ਦੀਆਂ ਧਿਰਾਂ ਸੀਗੀਆਂ, ਅਕਾਲੀ ਦਲ ਸੀਗਾ ਜਾਂ, ਇਹਨਾਂ ਨੂੰ ਮੁੱਖ ਤੌਰ 'ਤੇ ਜ਼ਿੰਮੇਵਾਰ ਮੰਨਿਆ ਗਿਆ ਕਿ ਇਹਨਾਂ ਨੇ ਉਦੋਂ ਮੌਕਾ ਰਹਿੰਦਿਆਂ ਜਿਹੜਾ ਵਾ ਕੋਈ ਵੀ ਐਕਸ਼ਨ ਪ੍ਰੋਪਰ ਨਹੀਂ ਲਿਆ, ਜਿਹਦੇ ਨਾਲ ਇੱਕ ਬੜਾ ਵੱਡਾ ਗਹਿਰਾ ਜਿਹੜਾ ਰੋਸ ਹੈ ਉਹ ਸਿੱਖ ਕੌਮ ਦੇ ਵਿੱਚ ਜਿਹੜਾ ਵਾ ਉਤਪਨ ਹੋਇਆ, ਉਹਦੇ ਨਾਲ ਧੜੇ ਬਣੇ, ਸਾਡਾ ਵਿਕਾਰ ਜਿਹੜਾ ਵਾ ਉਹ ਖਰਾਬ ਹੋਇਆ ਅੰਤਰਰਾਸ਼ਟਰੀ ਪੱਧਰ 'ਤੇ। ਉਹ ਅਸੀਂ ਮਹਿਸੂਸ ਕਰਦੇ ਹਾਂ ਵੀ ਉਦੋਂ ਇੱਕ ਕੋਈ ਛੋਟਾ ਧੜਾ ਜਾਂ ਕੋਈ ਗਿਣਤੀ ਦੇ ਬੰਦੇ ਨਹੀਂ ਸੀ, ਉਸ ਲਈ ਜ਼ਿੰਮੇਵਾਰ ਨਹੀਂ ਹੈਗੇ। ਅੱਜ ਜਿਹੜੇ ਕੁਛ ਅਕਾਲੀ ਦਲ ਨਾਲੋਂ ਧੜਾ ਵੱਖਰਾ ਵੀ ਹੋ ਗਿਆ ਆ, ਕੁਛ ਲੋਕ ਵੱਖਰੇ ਹੋ ਗਏ ਨੇ, ਇਹ ਸਾਰੇ ਉਦੋਂ ਸਮੂਹਿਕ ਤੌਰ 'ਤੇ ਜ਼ਿੰਮੇਵਾਰ ਨੇ ਲੋਕ, ਇਹ ਉਹਨਾਂ ਦੀ ਵੀ ਉਨੀ ਜ਼ਿੰਮੇਵਾਰੀ ਬਣਦੀ ਆ ਜਿਹੜੀ ਉਸ ਸਮੇਂ ਦੀ ਕੋਰ ਕਮੇਟੀ ਸੀਗੀ, ਉਹਨਾਂ ਨੇ ਵੀ ਫੈਸਲੇ ਲਏ, ਜਾਂ ਜ਼ਿੰਮੇਵਾਰ ਲੀਡਿੰਗ ਪਰਸਨ ਸੀਗੇ ਜਿਹੜੇ ਅਕਾਲੀ ਦਲ ਦੇ, ਅੱਜ ਉਹ ਭਾਵੇਂ ਅਕਾਲੀ ਦਲ ਨਾਲੋਂ ਮੇਰੇ ਨਾਲੋਂ ਵੱਖਰੇ ਨੇ, ਇੱਕ ਵੱਖਰ ਧੜਾ ਬਣ ਗਿਆ, ਇਹਨਾਂ ਸਾਰਿਆਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ। ਅਤੇ ਅਸੀਂ ਮਹਿਸੂਸ ਕਰਦੇ ਇਸ ਚੀਜ਼ ਨੂੰ, ਅਤੇ ਅਸੀਂ ਇਹਨਾਂ ਨੂੰ ਬੇਨਤੀ ਵੀ ਕਰਦੇ ਹਾਂ ਵੀ ਇਹਨਾਂ ਸਾਰਿਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਆ ਗਿਆ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਣੀ ਚਾਹੀਦੀ ਹੈ, ਇਹਦੇ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ। ਇਹ ਜੇ ਇਹਨਾਂ ਨੇ ਮੰਨ ਗਿਆ ਵੀ ਅਸੀਂ ਗਲਤੀਆਂ ਕੀਤੀਆਂ ਤਾਂ ਇਹਨਾਂ ਨੂੰ ਗੁਨਾਹ ਆਪਣੇ ਕਬੂਲ ਕਰ ਲੈਣੇ ਚਾਹੀਦੇ ਆ, ਜੇ ਇੱਦਾਂ ਕਰਦੇ ਆ ਤਾਂ ਕੌਮ ਦੇ ਵਿੱਚ ਏਕਤਾ ਵੱਧਦੀ ਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨੇ ਵਿਦੇਸ਼ਾਂ ਵਿੱਚ ਟਿਕਟੌਕ ਵਰਗੇ ਸੋਸ਼ਲ ਮੀਡੀਆ ਮੰਚਾਂ ਉੱਤੇ ਸਿੱਖ ਅਤੇ ਮੁਸਲਮਾਨਾਂ ਦੇ ਭੇਸ਼ ਅਤੇ ਨਾਵਾਂ ਵਾਲੇ ਖਾਤੇ ਬਣਾ ਕੇ ਸਿੱਖ ਅਤੇ ਇਸਲਾਮ ਧਰਮ ਵਿਚਾਲੇ ਟਕਰਾਅ ਪੈਦਾ ਕਰਨ ਦੇ ਰੁਝਾਨ ਨੂੰ ਬੇਹੱਦ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਕਿਸੇ ਵੀ ਦੂਜੇ ਧਰਮ ਅਤੇ ਉਹਨਾਂ ਦੇ ਪੀਰ ਪੈਗੰਬਰਾਂ ਦੇ ਖਿਲਾਫ਼ ਅਪਮਾਨਜਨਕ ਸੋਚ ਰੱਖਣ ਵਾਲਾ ਮਨੁੱਖ ਕਿਸੇ ਵੀ ਧਰਮ ਦਾ ਪੈਰੋਕਾਰ ਨਹੀਂ ਹੋ ਸਕਦਾ। ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇ ਦੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੁੱਟਰ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਗਿਆਨੀ ਰਘਵੀਰ ਸਿੰਘ ਨੇ ਕਿਹਾ ਕਿ ਉਹਨਾਂ ਕੋਲ ਕੁਝ ਲਿਖਤੀ ਸ਼ਿਕਾਇਤਾਂ ਪੁੱਜੀਆਂ ਨੇ ਕਿ ਵਿਦੇਸ਼ਾਂ ਵਿੱਚ ਕੁਝ ਸਿੱਖਾਂ ਦੇ ਨਾਵਾਂ ਅਤੇ ਤਸਵੀਰਾਂ ਵਾਲੇ ਟਿਕਟੌਕ ਖਾਤੇ ਬਣਾ ਕੇ ਇਸਲਾਮ ਧਰਮ ਦੇ ਖਿਲਾਫ਼ ਅਤੇ ਕੁਝ ਮੁਸਲਮਾਨਾਂ ਦੇ ਨਾਵਾਂ ਅਤੇ ਤਸਵੀਰਾਂ ਵਾਲੇ ਖਾਤਿਆਂ ਤੋਂ ਸਿੱਖ ਧਰਮ ਦੇ ਖਿਲਾਫ਼ ਬੇਹੱਦ ਅਪਮਾਨਜਨਕ ਅਤੇ ਨਫ਼ਰਤ ਭਰਿਆ ਕੂੜ ਪ੍ਰਚਾਰ ਹੋ ਰਿਹਾ ਹੈ। ਇਹ ਸਭ ਕੁਝ ਕਿਸੇ ਸਮਾਜ ਵਿਰੋਧੀ ਸ਼ਕਤੀ ਦੀ ਡੂੰਘੀ ਸਾਜਿਸ਼ ਤਹਿਤ ਦੋਵਾਂ ਧਰਮਾਂ ਨੂੰ ਆਪਸ ਵਿੱਚ ਲੜਾਉਣ ਦੀਆਂ ਨਿਜਤਾ ਭਰੀਆਂ ਹਰਕਤਾਂ ਦਾ ਹਿੱਸਾ ਹੈ। ਉਹਨਾਂ ਦੇਸ਼ ਵਿਦੇਸ਼ ਵਿੱਚ ਵਸਦੇ ਸਿੱਖਾਂ ਨੂੰ ਅਜਿਹੇ ਗੁੰਮਰਾਹ ਕੁੰਨ ਅਤੇ ਖਤਰਨਾਕ ਕੂੜ ਪ੍ਰਚਾਰ ਤੋਂ ਸੁਚੇਤ ਰਹਿੰਦਿਆਂ ਦਸ ਗੁਰੂ ਸਾਹਿਬਾਨ ਦੇ ਆਸੇ ਮੁਤਾਬਕ ਆਪਣੇ ਧਰਮ ਵਿੱਚ ਪਰਪੱਕ ਰਹਿਣ ਅਤੇ ਦੂਜਿਆਂ ਦੇ ਧਾਰਮਿਕ ਵਿਸ਼ਵਾਸਾਂ ਦਾ ਸਤਿਕਾਰ ਕਰਨ ਦਾ ਆਦੇਸ਼ ਕੀਤਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਅਮਰੀਕਾ ਵਿੱਚ ਰਾਹੁਲ ਗਾਂਧੀ ਵੱਲੋਂ ਸਿੱਖਾਂ ਬਾਬਤ ਦਿੱਤੇ ਬਿਆਨ ਉੱਤੇ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਦਾ ਬਿਆਨ ਸਿਆਸਤ ਨੂੰ ਦਰਸਾਉਂਦਾ ਹੈ ਅਤੇ ਗੁੰਮਰਾਹ ਕੁੰਨਾ ਹੈ। ਉਹਨਾਂ ਕਿਹਾ ਕਿ ਦੇਸ਼ ਵਿੱਚ ਸਿੱਖ ਮਹਿਫੂਜ਼ ਨੇ ਅਤੇ ਪੂਰੇ ਮਾਣ ਨਾਲ ਵਸਦੇ ਨੇ। ਉਹਨਾਂ ਇਹ ਵੀ ਕਿਹਾ ਕਿ ਪਿਛਲੇ 10 ਸਾਲ ਵਿੱਚ ਸਰਕਾਰ ਨੇ ਸਿੱਖਾਂ ਲਈ ਵੱਡੇ ਕਾਰਜ ਕੀਤੇ ਨੇ। ਕਾਲਕਾ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਰਾਹੁਲ ਗਾਂਧੀ ਜੀ ਦਾ ਇਹ ਬਿਆਨ ਇਹ ਟੋਟਲ ਅਤੇ ਟੋਟਲ ਪੋਲੀਟਿਕਸ ਨੂੰ ਦਰਸਾਉਂਦਾ ਕਿ ਕਿਸ ਤਰੀਕੇ ਦੇ ਨਾਲ ਆਪਣੀ ਰਾਜਨੀਤੀ ਕਰਨ ਵਾਸਤੇ, ਆਪਣੀ ਪੋਲੀਟੀਕਲ ਮਨਸ਼ਾਵਾਂ ਨੂੰ ਪੂਰੀ ਕਰਨ ਵਾਸਤੇ ਉਹ ਕੌਮ ਦੇ ਨਾਲ ਖੇਡਦੇ ਨੇ, ਉਹ ਕਮਿਊਨਿਟੀਜ਼ ਨੂੰ ਇਸਤੇਮਾਲ ਕਰਦੇ ਨੇ। ਔਰ ਜਿੱਥੇ ਜਿਹੜਾ ਇਹਨਾਂ ਨੇ ਬਿਆਨ ਅਮੈਰੀਕਾ ਦੇ ਵਿੱਚ ਜਾ ਕੇ ਜਿਹੜਾ ਸਿੱਖਾਂ ਨੂੰ ਬੋਲਿਆ ਉੱਥੇ ਕਿ ਅੱਜ ਹਿੰਦੁਸਤਾਨ ਦੇ ਵਿੱਚ ਸਿੱਖ ਮਹਿਫੂਜ਼ ਨਹੀਂ ਹੈ, ਇਹ ਬੜੀ ਮੈਂ ਸਮਝਦਾ ਨਮੋਸ਼ੀ ਦੀ ਗੱਲ ਹੈ ਕਿ ਇਹ ਉਹ ਸਥਾਨ ਜਿਹਦੀ ਆਜ਼ਾਦੀ ਵਾਸਤੇ, ਸਭ ਤੋਂ ਜ਼ਿਆਦਾ ਇਸ ਦੇਸ਼ ਦੀ ਆਜ਼ਾਦੀ ਵਾਸਤੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਹੋਣ, ਇਸ ਦੇਸ਼ ਦੇ ਵਿੱਚ ਸਿੱਖਾਂ ਦੀ ਮਾਨ ਮਰਿਆਦਾ ਹਮੇਸ਼ਾ ਮਹਿਫੂਜ਼ ਰਹੀ ਹੈ,
ਔਰ ਇਸ ਦੇਸ਼ ਦੇ ਵਿੱਚ ਸਿੱਖਾਂ ਨੇ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕੀਤੀ ਹੋਈ, ਜਿਹਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਬਣਿਆ ਹੋਏ, ਰਾਸ਼ਟਰਪਤੀ ਸਿੱਖ ਬਣਿਆ ਹੋਏ, ਫੌਜਾਂ ਦੇ ਮੁਖੀ ਸਿੱਖ ਬਣੇ ਹੋਣ, ਇਹੋ ਜਿਹੀ ਜਗ੍ਹਾ ਇਹਨਾਂ ਬਾਰੇ ਸਿੱਖਾਂ ਦੇ ਬਾਰੇ ਇਹ ਗੱਲ ਕਰਨੀ, ਇਹ ਵਾਕਈ ਇੱਕ ਹਾਸੋਹੀਣ ਗੱਲ ਹੈ। ਅੱਜ ਪਿਛਲੇ 10 ਸਾਲ ਤੋਂ ਮੈਂ ਕਹਿ ਸਕਦਾ ਜਦ ਤੋਂ BJP ਦੀ ਸਰਕਾਰ ਆਈ ਹੈ, ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ ਹੈ, ਸਿੱਖਾਂ ਦੇ ਹਰ ਮਸਲੇ ਦੇ ਉੱਤੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀਆਂ ਨੇ, ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਗੱਲ ਕੀਤੀ ਹੈ, ਔਰ ਨਾਲ ਨਾਲ ਜਿਹੜੇ ਸਿੱਖਾਂ ਦੇ ਇਸ਼ੂਜ਼ ਹੈਗੇ ਸੀ, ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਗੱਲ ਕੀਤੀ ਗਈ, ਸਾਡੇ ਜਿਹੜੇ ਕੇਸਿਸ ਸੀ 1984 ਦੇ ਉਹਨਾਂ ਨੂੰ ਖਤਮ ਕਰਨ ਦੀ ਗੱਲ ਕੀਤੀ ਗਈ, ਔਰ ਅੱਜ ਸੱਜਣ ਕੁਮਾਰ ਵਰਗਿਆਂ ਨੂੰ ਜੇਲ੍ਹਾਂ 'ਚ ਭੇਜਿਆ, ਇਹ ਸਿੱਖਾਂ ਦੀ ਚੜ੍ਹਦੀ ਕਲਾ ਦੀ ਗੱਲ ਹੈ। ਔਰ ਇਹ ਜਾ ਕੇ ਉੱਥੇ ਦੇ ਬੱਚਿਆਂ ਨੂੰ ਗੁੰਮਰਾਹ ਕਰਨ ਦੀ ਗੱਲ ਕਰਨੀ, ਕਿਉਂਕਿ ਜਿਹੜੀ ਲੋਕ ਜਨਰੇਸ਼ਨਸ ਪਿਛਲੀਆਂ ਤੀਹ ਚਾਲੀ ਸਾਲਾਂ ਤੋਂ ਜਿਹੜੇ ਉੱਥੇ ਰਹਿ ਰਹੇ ਨੇ, ਵਾਰ ਵਾਰ ਉਹਨਾਂ ਨੂੰ ਇਹ ਦਰਸਾਉਣਾ ਕਿ ਬਈ ਦੇਸ਼ ਇਸ ਹਿੰਦੁਸਤਾਨ ਦੇ ਵਿੱਚ ਸਿੱਖ ਮਹਿਫੂਜ਼ ਨਹੀਂ ਹੈ। ਮੈਂ ਸਮਝਦਾ ਕਿ ਉਹ ਸਿੱਖ ਮਹਿਫੂਜ਼ ਦੀ ਡੈਫੀਨੇਸ਼ਨ ਕੀ ਹੋ ਸਕਦੀ ਹੈ ਕਿ ਜਿਹਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਤਾਬਦੀ ਦੇਸ਼ ਦਾ ਪ੍ਰਧਾਨ ਮੰਤਰੀ ਖੁਦ ਆ ਕੇ ਲਾਲ ਕਿਲ੍ਹੇ ਦੇ ਉੱਤੇ ਮਨਾ ਰਿਹਾ ਹੋਏ, ਔਰ ਲੋਕਾਂ ਨੂੰ ਇੱਕ ਸੰਦੇਸ਼ਾ ਦੇ ਰਿਹਾ ਹੋਏ ਕਿ ਗੁਰੂ ਤੇਗ ਬਹਾਦਰ ਸਾਹਿਬ ਖਾਲੀ ਹਿੰਦ ਦੀ ਚਾਦਰ ਨਹੀਂ, ਪੂਰੀ ਮਾਨਵਤਾ ਦੀ ਚਾਦਰ ਸੀ, ਜਿਨ੍ਹਾਂ ਨੇ ਇਸ ਦੇਸ਼ ਦੀ ਨੂੰ ਏਕਤਾ ਅਖੰਡਤਾ ਨੂੰ ਸਾਂਭਣ ਵਾਸਤੇ ਆਪਣੀ ਕੁਰਬਾਨੀ ਦਿੱਤੀ ਹੈ। ਸੋ ਜਿਹੜੇ ਸਾਹਿਬਜ਼ਾਦਿਆਂ ਦੇ ਦਿਨ ਮਨਾਉਣ ਦੀ ਗੱਲ ਕੀਤੀ ਹੈ, ਅਗਰ ਅੱਜ ਉਸ ਇਤਿਹਾਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦੇ ਜਿਹੜੇ ਹੈ ਉਹਨਾਂ ਦੇ ਦਿਨ ਮਨਾਉਣੇ ਵੀਰ ਬਾਲ ਦਿਵਸ ਦੇ ਰੂਪ ਦੇ ਵਿੱਚ, ਅੱਜ ਦੇਸ਼ ਦੇ ਹਰ ਕੋਨੇ ਦੇ ਵਿੱਚ ਉਸ ਇਤਿਹਾਸ ਨੂੰ ਪਹੁੰਚਾਉਣ ਦਾ ਕੰਮ ਜਿਹੜਾ ਕੀਤਾ ਉਹ ਇਸ ਸਰਕਾਰ ਨੇ ਕੀਤਾ। ਸੋ ਰਾਹੁਲ ਗਾਂਧੀ ਜੀ ਨੂੰ ਆਪਣੀ ਬਿਆਨਬਾਜ਼ੀ ਦੇ ਉੱਤੇ ਸੰਕੋਚ ਕਰਨਾ ਚਾਹੀਦਾ ਕਿ ਮੈਂ ਇਹੋ ਜਿਹੀ ਬਿਆਨਬਾਜ਼ੀ ਨਾ ਕਰਾਂ। ਹੋ ਸਕਦਾ ਤੁਸੀਂ ਕਿ ਚੰਦ ਬੰਦਿਆਂ ਨੂੰ ਉੱਥੇ ਖੁਸ਼ ਕਰ ਰਹੇ ਹੋ, ਮਗਰ ਦੇਸ਼ ਦੇ ਵਿੱਚ ਬੈਠਾ ਜਿਹੜਾ ਸਿੱਖ ਆਪਣੇ ਆਪ ਨੂੰ ਮਹਿਫੂਜ਼ ਵੀ ਸਮਝਦਾ, ਔਰ ਇੱਥੇ ਦਾ ਆਪਣੇ ਆਪ ਨੂੰ ਵਸਨੀਕ ਸਮਝਦਾ ਹੋਇਆ ਆਪਣੇ ਆਪ ਨੂੰ ਇੱਥੇ ਦਾ ਸਭ ਤੋਂ ਵੱਡਾ ਮੈਂ ਸਮਝਦਾ ਕਿ ਸਿਟੀਜ਼ਨ, ਔਰ ਆਪਣੇ ਆਪ ਨੂੰ ਇਸ ਦੇਸ਼ ਦਾ ਮਾਲਿਕ ਵੀ ਸਮਝਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਦੀ ਪੁਸਤਕ ਸੱਚੇ ਉਰੇ ਸਭਕੋ ਨੂੰ ਰਿਲੀਜ਼ ਕੀਤਾ ਗਿਆ। ਪੁਸਤਕ ਨੂੰ ਰਿਲੀਜ਼ ਕਰਨ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਧਾਈ ਦਿੰਦਿਆਂ ਕਿਹਾ ਕਿ ਪੰਥਕ ਸ਼ਖਸੀਅਤ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਆਪਣੇ ਕਾਰਜਾਂ ਵਿੱਚ ਰੁੱਝੇ ਰਹਿਣ ਦੇ ਬਾਵਜੂਦ ਗੁਰਮਤਿ ਆਧਾਰਿਤ ਪੁਸਤਕਾਂ ਲਿਖਦੇ ਨੇ। ਸਾਡੇ ਸਿੱਖ ਚਿੰਤਤ ਸਰਦਾਰ ਕਿਰਪਾਲ ਸਿੰਘ ਜੀ ਬਡੂੰਗਰ, ਕਿਉਂਕਿ ਉਹਨਾਂ ਦਾ ਬਹੁਤ ਸਾਰਾ ਉਹਨੇ ਗੁਰਮਤਿ ਦਾ ਲਿਟਰੇਚਰ ਲਿਖਿਆ, ਉਹਨਾਂ ਦੀ ਅੱਜ ਇੱਕ ਬੁੱਕ ਉਹ ਅੱਜ ਇੱਥੇ ਰਿਲੀਜ਼ ਕੀਤੀ ਗਈ ਆ। ਸੋ ਮੈਂ ਸਮਝਦਾ ਉਹਦੇ ਵਿੱਚ ਜਿਹੜੇ ਤਤਕਰੇ ਚੁਣੀ 10-12 ਟੌਪਿਕ ਚੁਣੇ ਆ ਉਹ ਅੱਜ ਦੇ ਸਿੱਖ ਨੂੰ ਜ਼ਰੂਰੀ ਆਪਣੇ ਹਿਰਦੇ ਵਿੱਚ ਰੱਖਣੇ ਚਾਹੀਦੇ ਆ। ਸੋ ਮੈਂ ਜਿੱਥੇ ਉਹਨਾਂ ਨੂੰ ਵਧਾਈ ਦਿੰਦਾ ਉੱਥੇ ਕਾਮਨਾ ਵੀ ਕਰਦਾ ਵੀ ਜਿਹੜੀ ਸਤਿਗੁਰ ਨੇ ਸਾਨੂੰ ਸਿੱਖਿਆ ਬਖਸ਼ਿਸ਼ ਕੀਤੀ ਆ ਉਹ ਸਿੱਖਿਆ ਨੂੰ ਆਧਾਰ ਬਣਾ ਕੇ ਇਹ ਜਿਹੜੀ ਆ ਬੁੱਕ ਬਡੂੰਗਰ ਸਾਹਿਬ ਨੇ ਲਿਖੀ ਆ। ਬਹੁਤ ਬਹੁਤ ਵਧਾਈ। ਗੜਸ਼ੰਕਰ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਹਲਕਾ ਚੱਬੇਵਾਲ ਦੀਆਂ ਉਪਚੋਣਾਂ ਨੂੰ ਲੈ ਕੇ ਹਲਕੇ ਨਾਲ ਸੰਬੰਧਿਤ ਲੀਡਰਾਂ ਅਤੇ ਵਰਕਰਾਂ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਰੁਣ ਡੋਗਰਾ ਮਿੱਕੀ ਦੀ ਅਗਵਾਈ ਵਿੱਚ ਹੁਸ਼ਿਆਰਪੁਰ ਦੇ ਇੱਕ ਸੈਂਟਰ ਵਿੱਚ ਕੀਤੀ ਗਈ। ਇਸ ਮੌਕੇ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਲੀਡਰ ਮੌਜੂਦ ਰਹੇ। ਇਸ ਮੌਕੇ ਬਾਜਵਾ ਨੇ ਪੰਜਾਬ ਸਰਕਾਰ ਉੱਤੇ ਤਿੱਖੇ ਨਿਸ਼ਾਨੇ ਸਾਧੇ। ਨਾ ਪੰਜਾਬ 'ਚ ਕਿਸੇ ਦੀ ਜ਼ਿੰਦਗੀ ਨਾ ਕਾਰੋਬਾਰ ਮਹਿਫੂਜ਼ ਹੈ, ਟੈਕਸਿਸ ਤੋਂ ਇਲਾਵਾ ਕੰਮ ਕੋਈ ਨਹੀਂ। ਵੇਖੋ ਸਾਰਿਆਂ ਨੂੰ ਵੱਡਾ ਧੋਖਾ ਕੀ ਕੀਤਾ, ਸਾਡਾ ਸੈਸ਼ਨ ਖਤਮ ਹੋਇਆ ਤਾਂ ਅਗਲੇ ਦਿਨ ਟੈਕਸ ਲਾ ਦਿੱਤਾ।
ਇਹਨਾਂ ਦੇ ਤੌਰ ਤਰੀਕੇ ਵੇਖੋ, ਮੈਂ ਹੈਰਾਨ ਹਾਂ। ਕਾਲੋਨੀ ਇਲੀਗਲ ਹੈ, ਪਲਾਟ ਲੀਗਲ ਕਰਤਾ। ਇਹ ਕਹਿੰਦਾ ਗਰੀਬ ਬੰਦਿਆਂ ਦਾ 10-10, 15-15, 20-20 ਲੱਖ ਰੁਪਈਆ ਪਲਾਟਾਂ 'ਤੇ ਫਸਿਆ। ਬਟ ਮੈਂ ਸਮਝਦਾ ਕਿ ਉਹਨਾਂ ਨੂੰ ਫਰਦਰ ਫਸਾਏਗਾ ਭਗਵੰਤ ਅਤੇ ਇਹਦੀਆਂ ਪੋਲਸੀਆਂ, ਕਿਉਂਕਿ ਐੱਨ ਓ ਸੀ ਦੇਣ ਦੇ ਨਾਲ ਉਹ ਹੋਰ 20-25 ਲੱਖ ਰੁਪਈਆ ਘਰਾਂ 'ਤੇ ਲਾਣਗੇ, ਰਹਿਣਗੇ ਨਰਕ ਦੇ ਵਿੱਚ। ਮੈਂ ਇਹਨਾਂ ਨੂੰ ਰਾਏ ਦਿੱਤੀ ਸੀ ਬਿੱਲ 'ਤੇ ਬੋਲਦੇ ਕਿ ਤੁਸੀਂ 500 ਗਜ਼ ਵਾਲੇ ਨੂੰ ਇਜਾਜ਼ਤ ਦਿੱਤੀ ਹੈ, ਚੰਗਾ ਕੀਤਾ, ਇਜਾਜ਼ਤ ਦਿਓ, ਐੱਨ ਓ ਸੀ ਦਿਓ ਸਾਰਿਆਂ। ਬਟ ਜਿਹੜੇ ਇਲੀਗਲ ਕਾਲੋਨੀ ਵਾਲੇ, ਤੁਹਾਨੂੰ ਪਤਾ ਗਵਰਨਮੈਂਟ ਨੂੰ ਕੌਣ ਨੇ, ਉਹਨਾਂ ਦੇ ਕੋਲੋਂ ਨਾਲ ਹੀ ਕੇਸ ਰਜਿਸਟਰ ਕਰਕੇ ਉਹਨਾਂ 'ਤੇ ਉਹਨਾਂ ਕੋਲ ਪੈਸੇ ਲੈ ਜਾਣ। ਪਹਿਲੇ ਇਨਸ਼ੋਰ ਕਰੋ ਕਿ ਸਾਰੀ ਇਲੀਗਲ ਕਾਲੋਨੀ ਸੀਵਰੇਜ ਪਏ, ਪਾਣੀ ਦਾ ਪ੍ਰਬੰਧ ਹੋਏ, ਬਿਜਲੀ ਦਾ ਪ੍ਰਬੰਧ ਹੋਏ ਅਤੇ ਸੜਕਾਂ ਦਾ ਪ੍ਰਬੰਧ ਹੋਏ, ਅਦਰਵਾਈਜ਼ ਤਾਂ ਲੋਕ ਤਾਂ ਨਰਕ 'ਚ ਰਹਿਣਗੇ ਜੀ। ਹਰਿਆਣਾ ਅਤੇ ਜੰਮੂ ਕਸ਼ਮੀਰ ਵਿੱਚ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਤਸਕਰੀ ਉੱਤੇ ਰੋਕ ਲਗਾਉਣ ਲਈ ਹੁਸ਼ਿਆਰਪੁਰ ਪੁਲਿਸ ਅਤੇ ਹਿਮਾਚਲ ਪੁਲਿਸ ਵੱਲੋਂ ਹੁਸ਼ਿਆਰਪੁਰ ਦੇ ਨਾਲ ਲੱਗਦੇ 11 ਥਾਵਾਂ ਉੱਤੇ ਇੰਟਰਸਟੇਟ ਨਾਕਿਆਂ ਉੱਤੇ ਚੈਕਿੰਗ ਕੀਤੀ ਗਈ। ਚੱਕ ਸਾਹਿਬ ਦੇ ਇੰਟਰਸਟੇਟ ਨਾਕੇ ਉੱਤੇ SSP ਹੁਸ਼ਿਆਰਪੁਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਰੇ ਨਾਕਿਆਂ ਉੱਤੇ ਚੌਕਸੀ ਵਰਤੀ ਜਾ ਰਹੀ ਹੈ। ਜਿਹੜੇ ਸਟੇਟ ਅਸੈਂਬਲੀ ਇਲੈਕਸ਼ਨ ਹੈਗੇ ਹਰਿਆਣਾ ਸਟੇਟ 'ਚ ਹੋਣ ਜਾ ਰਹੇ ਹਨ, ਅਤੇ ਮਾਨਯੋਗ ਇਲੈਕਸ਼ਨ ਕਮਿਸ਼ਨ ਦੇ ਡਾਇਰੈਕਸ਼ਨ 'ਤੇ ਜਿਹੜਾ ਇਲੀਗਲ ਐਕਟੀਵਿਟੀਜ਼ ਨੂੰ ਅਤੇ ਖਾਸ ਤੌਰ 'ਤੇ ਲਿਕਰ ਸਮਗਲਿੰਗ ਵਰਗੀ ਜਿਹੜੀ ਐਕਟੀਵਿਟੀਜ਼ ਹੈਗੀ ਉਹਨਾਂ ਨੂੰ ਕਰਵ ਕਰਨ ਵਾਸਤੇ ਸਾਡੀ ਡਿਫਰੈਂਟ ਐਕਸਾਈਜ਼ ਚੱਲਦੀ ਰਹਿੰਦੀ ਸੀ, ਜਿਹਦੇ ਵਿੱਚ ਪੂਰੇ ਇੰਟਰਸਟੇਟ ਬਾਰਡਰ ਸੀਲ ਕੀਤੇ ਗਏ। ਅਤੇ ਅੱਜ ਓਪਰੇਸ਼ਨ ਸੀਲ 7 ਦੇ ਤਹਿਤ ਮਾਨਯੋਗ DGP ਪੰਜਾਬ ਅਤੇ ਮਾਨਯੋਗ ਸਪੈਸ਼ਲ DG ਲੋਅ ਐਂਡ ਆਰਡਰ ਦੀ ਡਾਇਰੈਕਸ਼ਨ 'ਤੇ ਅਸੀਂ ਹੁਸ਼ਿਆਰਪੁਰ 'ਚ 11 ਨਾਕੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਹੋਏ, ਜਿਹਦੇ ਵਿੱਚ ਆਪਣੇ ਊਨਾ ਜ਼ਿਲ੍ਹੇ ਦੇ ਨਾਲ ਅਤੇ ਕਾਂਗੜਾ ਜ਼ਿਲ੍ਹੇ ਦੇ ਨਾਲ ਲੱਗਦੇ ਹੋਏ ਨਾਕੇ ਸੀਲ ਕੀਤੇ ਹੈਗੇ। ਅਤੇ ਸਾਡੇ ਨਾਲ ਹਿਮਾਚਲ ਪੁਲਿਸ ਦੇ ਅਫਸਰਸ ਵੀ ਸਾਰੇ ਨਾਕਿਆਂ 'ਤੇ ਮੌਜੂਦ ਹੈਗੇ। ਇੱਥੇ ਮੇਰੇ ਨਾਲ ਆਪਣੇ DSP ਸਾਹਿਬ ਅਤੇ SHO ਸਾਹਿਬ ਇੱਥੇ ਹੈਗੇ ਹਿਮਾਚਲ ਪ੍ਰਦੇਸ਼ ਪੁਲਿਸ ਤੋਂ, ਅਤੇ ਨਾਲ ਆਪਣੇ DSP ਸਾਹਿਬ ਹੈਗੇ। ਅਤੇ ਸਾਰਿਆਂ 'ਤੇ ਆਪਾਂ ਇਲੀਗਲ ਐਕਟੀਵਿਟੀਜ਼ ਜਿੱਦਾਂ ਡਰੱਗਸ ਅਤੇ ਲਿਕਰ, ਇਲੀਸਿਟ ਲਿਕਰ ਸਮਗਲਿੰਗ ਜਿਹੜੀ ਹੈਗੀ ਉਹ, ਅਤੇ ਜਿਹੜੇ ਸਸਪੀਸ਼ੀਅਸ ਕ੍ਰਿਮੀਨਲਸ ਦਾ ਮੂਵਮੈਂਟ ਹੈਗਾ ਉਹਨੂੰ ਕਰਵ ਕਰਨ ਵਾਸਤੇ ਅੱਜ ਦੀ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਹੈਗੀ। ਇਹ ਕੋਆਰਡੀਨੇਟਡ ਓਪਰੇਸ਼ਨ ਹੈਗਾ ਜਿਹਦੇ ਵਿੱਚ ਸਵੇਰੇ 6 ਵਜੇ ਤੋਂ ਆਹ ਨਾਕਾ ਚੱਲ ਰਿਹਾ ਹੈਗਾ ਅਤੇ ਅੱਜ 2 ਵਜੇ ਤੱਕ ਆਹ ਕਾਰਵਾਈ ਚੱਲ ਰਹੀ ਹੈ। ਇਸ ਤੋਂ ਇਲਾਵਾ ਬਾਕੀ ਸਾਡੇ ਰੈਂਡਮ ਨਾਕਾਬੰਦੀ ਅਤੇ ਚੈਕਿੰਗ ਜਿਹੜੀ ਹੈਗੀ ਉਹ ਲਗਾਤਾਰ ਚੱਲਦੀ ਰਹਿੰਦੀ ਹੈਗੀ ਰੈਂਡਮ ਟਾਈਮਸ 'ਤੇ, ਅਤੇ ਉਹ ਸਾਰੇ ਨਾਕੇ ਇੰਟਰਸਟੇਟ ਆਪਣੇ ਚੱਲਦੇ ਹੈ। ਪੰਜਾਬ ਫੂਡ ਕਮਿਸ਼ਨ ਦੀ ਮੈਂਬਰ ਪ੍ਰੀਤੀ ਚਾਵਲਾ ਨੇ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਮਹਿਦੂਦਾਂ, ਝੂੰਦਾਂ, ਲੋਹਾਰੀ ਕਲਾਂ ਅਤੇ ਬਸੀ ਪਠਾਣਾ ਸਥਿਤ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਮਿਡ ਡੇ ਮੀਲ ਅਤੇ ਆਂਗਨਵਾੜੀ ਕੇਂਦਰਾਂ ਉੱਤੇ ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਨੂੰ ਸਿਹਤਮੰਦ ਬਣਾਉਣ ਲਈ ਦਿੱਤੀ ਜਾ ਰਹੀ ਖਾਣ ਪੀਣ ਦੀ ਸਮੱਗਰੀ ਦਾ ਜਾਇਜ਼ਾ ਲਿਆ। ਇਸ ਮੌਕੇ ਪ੍ਰੀਤੀ ਚਾਵਲਾ ਨੇ ਜ਼ਿਲ੍ਹੇ ਵਿੱਚ ਦਿੱਤੀ ਜਾ ਰਹੀ ਖਾਣ ਪੀਣ ਦੀ ਸਮੱਗਰੀ ਦੇ ਮਿਆਰ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੰਜਾਬ ਫੂਡ ਕਮਿਸ਼ਨ ਦੇ 4 ਮੈਂਬਰ ਨੇ ਜੋ ਕਿ ਸੂਬੇ ਦੇ ਵੱਖ ਜ਼ਿਲ੍ਹਿਆਂ ਵਿੱਚ ਮਿਡ ਡੇ ਮੀਲ ਸਕੀਮ ਤਹਿਤ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਖਾਣ ਪੀਣ ਦੇ ਸਮਾਨ ਅਤੇ ਆਂਗਨਵਾੜੀ ਕੇਂਦਰਾਂ ਵਿੱਚ ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਖੁਰਾਕੀ ਵਸਤਾਂ ਦੀ ਚੈਕਿੰਗ ਕਰਦੇ ਨੇ। ਉਹਨਾਂ ਕਿਹਾ ਕਿ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਨੇ ਕਿ ਉਹਨਾਂ ਨੂੰ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਦੇ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਦੀ ਚੈਕਿੰਗ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮੈਨੂੰ ਬੜਾ ਸੁਭਾਗ ਮਿਲਿਆ ਕਿ ਮੈਂ ਫਤਿਹਗੜ੍ਹ ਸਾਹਿਬ ਮੇਰੇ ਕੋਲ ਆਇਆ, ਬਹੁਤ ਅੱਛਾ ਲੱਗਿਆ ਆ ਕੇ। ਮੈਂ ਇੱਥੇ ਬੜੀ ਆਭਾਰੀ ਹਾਂ ਸਭ ਦੀ ਜੋ ਮੇਰੇ ਨਾਲ ਅੱਜ ਹੈਗੇ, ਇਹਨਾਂ ਨੇ ਮੈਨੂੰ ਅੰਦਰ ਦੇ ਪਿੰਡ ਵੀ ਦਿਖਾਏ ਜਿਹੜੇ ਕਿ ਬੜੇ ਡੀਪ ਜਾ ਕੇ ਸੀ। ਮੈਂ ਇੱਥੇ ਦੀ ਮੈਨੇਜਮੈਂਟ ਦੇਖ ਕੇ ਸਾਰਾ ਕੁਝ ਬਹੁਤ ਅੱਛਾ ਲੱਗਿਆ। ਇੰਨੇ ਬਰਸਾਤੀ ਮੌਸਮ ਵਿੱਚ ਵੀ ਬੱਚੇ ਬੜੀ ਸੋਹਣੀ ਤਰ੍ਹਾਂ ਮਿਡ ਡੇ ਮੀਲ ਖਾ ਰਹੇ ਸੀ ਅਤੇ ਹਾਈਜੀਨ ਤਰੀਕੇ ਨਾਲ ਖਾ ਰਹੇ ਸੀ। ਆਂਗਨਵਾੜੀਆਂ ਵੀ ਵਿਜ਼ਿਟ ਕੀਤੀਆਂ, ਉਹਨਾਂ ਵਿੱਚ ਵੀ ਬਹੁਤ ਚੰਗਾ ਲੱਗਿਆ। ਰਜਿਸਟਰ ਮੇਨਟੇਨਡ ਹੈ, ਹਾਈਜੀਨ ਮੇਨਟੇਨਡ ਹੈ ਅਤੇ ਖਾਣਾ ਬੜਾ ਠੀਕ ਲੱਗਿਆ। ਕੋਈ ਵੀ ਮਤਲਬ ਮੁਸ਼ਕਿਲ ਨਹੀਂ ਲੱਗੀ ਦੇਖ ਕੇ, ਕਿ ਬੱਚਿਆਂ ਨਾਲ ਗੱਲ ਵੀ ਕੀਤੀ, ਬੱਚਿਆਂ ਨੂੰ ਪੁੱਛਿਆ ਵੀ ਸੀ, ਬੱਚੇ ਬਹੁਤ ਖੁਸ਼ ਸੀ ਆਪਣੇ ਖਾਣੇ ਤੋਂ। ਤੁਹਾਡੀ ਸਭ ਦੀ ਕੋਆਪਰੇਸ਼ਨ ਰਹੇ, ਸਾਰੇ ਅਸੀਂ ਵੀ ਜੋ ਕੁਛ ਹੋ ਸਕੇ
ਇੰਪਰੂਵਮੈਂਟ ਵਿੱਚ ਲੱਗੇ ਰਹਾਂਗੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਵੱਲੋਂ ਅੰਤਰ ਸਕੂਲ ਪੰਜਾਬੀ ਮੁਕਾਬਲੇ ਨੂਰੇ ਪੰਜਾਬੀ 2024 ਦਾ ਇਨਾਮ ਵੰਡ ਸਮਾਰੋਹ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕਰਵਾਇਆ ਗਿਆ, ਜਿਸ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਲੋਂ ਅਤੇ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕਰਕੇ ਬੱਚਿਆਂ ਨੂੰ ਇਨਾਮ ਵੰਡੇ। ਇਸ ਮੌਕੇ 'ਤੇ ਸਾਰੇ ਸਕੂਲਾਂ ਦੇ ਪ੍ਰਿੰਸੀਪਲ ਸਾਹਿਬ, ਅਧਿਆਪਕ ਸਾਹਿਬ ਅਤੇ ਬੱਚਿਆਂ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਨੇ। ਅੱਜ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਕੰਮ ਕਰ ਰਹੀ ਹੈ, ਬਹੁਤ ਵੱਡਾ ਇੱਕ ਉਪਰਾਲਾ ਜਿਹੜੇ ਆਪਣੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ ਦਾ ਜੋ ਕੰਪੀਟੀਸ਼ਨ ਰੱਖਿਆ ਸੀ, ਜੋ ਪ੍ਰਦਰਸ਼ਨੀ ਇੱਥੇ ਲਗਾ ਰੱਖੀ ਹੈ, ਔਰ ਨਾਲ ਜਿਸ ਤਰੀਕੇ ਦੇ ਨਾਲ ਕੰਪੀਟੀਸ਼ਨਸ ਕਰਾਏ ਜਾ ਰਹੇ ਨੇ, ਉਹਨਾਂ ਪੁਰਾਤਨ ਕਵਿਤਾਵਾਂ ਕਵੀਆਂ ਦੇ ਉਹਨਾਂ ਵੱਡੇ ਲਿਖਾਰੀਆਂ ਦੇ ਨਾਮ ਦੇ ਉੱਤੇ, ਬੁੱਲੇ ਸ਼ਾਹ ਉਹਨਾਂ ਦੇ, ਅੰਮ੍ਰਿਤਾ ਪ੍ਰੀਤਮ ਜੀ, ਸੁਜੀਤ ਪਾਤਰਾ ਜੀ, ਇਹਨਾਂ ਦੇ ਨਾਮ ਦੇ ਉੱਤੇ ਜੋ ਕੰਪੀਟੀਸ਼ਨਸ ਕਰਾਏ ਗਏ ਨੇ, ਬੱਚਿਆਂ ਨੂੰ ਬੇਸਿਕਲੀ ਆਪਣੀ ਮਾਂ ਬੋਲੀ ਨਾਲ ਜੋੜਨਾ, ਪੰਜਾਬੀ ਭਾਸ਼ਾ ਨਾਲ ਜੋੜਨਾ, ਇਹ ਸਾਡਾ ਜਿਹੜਾ ਫਰਜ਼ ਸੀ ਉਹ ਅੱਜ ਸਾਡੀ ਜਿਹੜੀ ਕਮੇਟੀ ਕਰ ਰਹੀ ਹੈ। ਮੈਂ ਚੇਅਰਮੈਨ ਸਲਾਹ ਹਰਦੀਪ ਸਿੰਘ ਜੀ ਉਹਨਾਂ ਦਾ ਧੰਨਵਾਦ ਕਰਦਾ ਔਰ ਵਧਾਈ ਦਿੰਦਾ ਉਹਨਾਂ ਨੂੰ ਕਿ ਜਿਸ ਪੱਧਰ ਦੇ ਉੱਤੇ ਬੱਚਿਆਂ ਨੂੰ ਅੱਜ ਬੁਲਾ ਕੇ ਇੱਥੇ ਪ੍ਰੇਰਿਤ ਕੀਤਾ ਗਿਆ। ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਅਸੀਂ ਪੰਜਾਬੀ ਭਾਸ਼ਾ ਦੇ ਨਾਲ ਆਪਣੇ ਬੱਚਿਆਂ ਨੂੰ ਜੋੜ ਕੇ ਰੱਖੀਏ। ਜਿਹੜਾ ਬੱਚਾ ਮਾਂ ਬੋਲੀ ਨਾਲ ਜੋੜੇਗਾ ਉਹ ਆਪਣੇ ਸੰਸਕਾਰਾਂ ਨਾਲ, ਸੱਭਿਆਚਾਰ ਨਾਲ ਜੁੜ ਕੇ ਰਹੇਗਾ ਔਰ ਕਦੇ ਵੀ ਉਹਦੇ ਘਰੋਂ ਪੰਜਾਬੀਅਤ ਖਤਮ ਨਹੀਂ ਹੋ ਸਕਦੀ। ਸੋ ਇਸ ਉਦੇਸ਼ ਦੇ ਨਾਲ ਜਿਹੜੀ ਕਮੇਟੀ ਬਣਾਈ ਸੀ, ਅੱਜ ਉਹਨਾਂ ਨੇ ਆਪਣਾ ਨਵੀਂ ਇਕਲਾ ਪ੍ਰੋਗਰਾਮ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬੀ ਭਾਸ਼ਾ ਦੀ ਪ੍ਰਚਾਰ ਅਤੇ ਪ੍ਰਸਾਰ ਸਬ ਕਮੇਟੀ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀਆਂ ਸਾਰੀਆਂ ਬ੍ਰਾਂਚਾਂ ਦੇ ਬੱਚਿਆਂ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਬੁਲਾਇਆ ਗਿਆ ਔਰ ਅੱਜ ਦਾ ਇਹ ਪ੍ਰੋਗਰਾਮ ਜੋ ਹੈ ਵਿਸ਼ੇਸ਼ ਤੌਰ ਦੇ ਉੱਤੇ ਪੰਜਾਬੀ ਨੂੰ ਸਮਰਪਿਤ ਹੈ। ਸਾਰੇ ਸਕੂਲਾਂ ਦੇ ਬੱਚਿਆਂ ਨੇ ਬਹੁਤ ਹੀ ਸੁੰਦਰ ਜਿਹੜੇ ਸਲੋਗਨ ਹੈ ਉਹ ਬਣਾਏ, ਪੋਸਟਰ ਬਣਾਏ, ਬਹੁਤ ਸੁੰਦਰ ਸੁੰਦਰ ਉਹਨਾਂ ਦੀ ਕਲਾਕਾਰੀ ਆ ਜਿਹਦੇ ਵਿੱਚ ਪੰਜਾਬੀ ਭਾਸ਼ਾ ਨੂੰ ਜਾਗਰੂਕ ਕੀਤਾ ਗਿਆ ਲੋਕਾਂ ਨੂੰ ਕਿ ਪੰਜਾਬੀ ਪੜ੍ਹੋ, ਹਲੂਣਾ ਦਿੱਤਾ ਗਿਆ ਔਰ ਇਹ ਬੜੀ ਸਾਨੂੰ ਚੰਗੀ ਗੱਲ ਲੱਗੀ ਕਿ ਬੱਚਿਆਂ ਦੇ ਵਿੱਚ ਬੱਚਿਆਂ ਦੇ ਪ੍ਰਤੀ ਇੰਨੀ ਜਾਗਰੂਕਤਾ ਆਈ ਹੈ। ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰੀਏ ਔਰ ਅੱਜ ਜਿਹੜੇ ਬੱਚਿਆਂ ਨੇ ਪੰਜਾਬੀ ਦੇ ਵਿੱਚ 90% ਤੋਂ ਵੱਧ ਨੰਬਰ ਆਏ ਸੀ ਉਹਨਾਂ ਨੂੰ ਅਸੀਂ ਸਨਮਾਨਿਤ ਵੀ ਕੀਤਾ, ਸਰਟੀਫਿਕੇਟ ਵੀ ਦਿੱਤੇ ਆ ਔਰ ਜਿਹੜੇ ਟੀਚਰਸ ਹੈ ਪੰਜਾਬੀ ਉਹਨਾਂ ਨੂੰ ਉਤਸ਼ਾਹਿਤ ਕੀਤਾ। ਸੋ ਮਕਸਦ ਇਹ ਹੈ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਵੱਧ ਤੋਂ ਵੱਧ ਪ੍ਰਫੁੱਲ ਕਰੀਏ, ਆਪਣੀ ਮਾਂ ਬੋਲੀ ਬੱਚੇ ਸਿੱਖਣ। ਬੇਸ਼ੱਕ ਉਹਨਾਂ ਨੂੰ ਬਹੁਤ ਸਾਰੀਆਂ ਭਾਸ਼ਾਵਾਂ ਦਾ ਗਿਆਨ ਹੋਵੇ, ਹੋਣਾ ਵੀ ਚਾਹੀਦਾ ਕਿਉਂਕਿ ਕੰਪੀਟੀਸ਼ਨ ਐਗਜ਼ਾਮ ਵੀ ਕੰਪਲੀਟ ਕਰਨੇ ਹੁੰਦੇ ਆ, ਪਰ ਆਪਣੀ ਮਾਂ ਬੋਲੀ ਜਿਹੜੀ ਉਹਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਅੱਜ ਦੇ ਇਸ ਪ੍ਰੋਗਰਾਮ ਦਾ ਮੁੱਢਲਾ ਜਿਹੜਾ ਫਰਜ਼ ਸੀ ਉਹ ਹੈ। ਅੱਜ ਦਿੱਲੀ ਸਿੱਖ ਗੁਰਦੁਆਰਾ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਗਠਿਤ ਕੀਤੀ ਗਈ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਵੱਲੋਂ ਅੰਤਰ ਸਕੂਲ ਪੰਜਾਬੀ ਮੁਕਾਬਲਾ ਨੂਰੇ ਪੰਜਾਬੀ 2024 ਦਾ ਪਿਛਲੇ ਦਿਨ ਉਪਰਾਲਾ ਕੀਤਾ ਗਿਆ ਸੀ, ਅੱਜ ਉਹਨਾਂ ਦਾ ਇਨਾਮ ਵੰਡ ਸਮਾਰੋਹ ਚੱਲ ਰਿਹਾ। ਬੱਚਿਆਂ ਨੂੰ ਅਸੀਂ 3 ਹਿੱਸਿਆਂ 'ਚ ਗਰੁੱਪ 'ਚ ਬਣਾਇਆ ਸੀ, ਜੂਨੀਅਰ ਗਰੁੱਪ, ਮਿਡਲ ਗਰੁੱਪ ਔਰ ਸੀਨੀਅਰ ਗਰੁੱਪ। ਔਰ ਜਿਹੜਾ ਜੂਨੀਅਰ ਗਰੁੱਪ ਸੀ ਉਹਨਾਂ ਨੂੰ ਅਸੀਂ ਨਿੱਕੀ ਕਹਾਣੀਆਂ ਦੇ ਪੋਰਟਫੋਲੀਓ ਬਣਾਉਣ ਲਈ ਕਿਹਾ ਸੀ, ਮਿਡਲ ਗਰੁੱਪ ਨੂੰ ਕਹਾਣੀਆਂ ਦਾ ਚਾਰਟ ਔਰ ਮਾਂ ਬੋਲੀ ਪੰਜਾਬੀ ਦੇ ਉੱਤੇ ਚਾਰਟ ਬਣਾਉਣ ਲਈ ਦਿੱਤੇ ਸੀ, ਸੀਨੀਅਰ ਗਰੁੱਪ ਨੂੰ ਅਸੀਂ PPT ਬਣਾਉਣ ਲਈ ਦਿੱਤੀ ਸੀ ਕਿ ਪੰਜਾਬੀ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਕਿਵੇਂ ਪ੍ਰਫੁੱਲਿਤ ਕੀਤਾ ਜਾਵੇ, ਕਿਵੇਂ ਹੋਰ ਚੜ੍ਹਦੀ ਕਲਾ 'ਚ ਕੀਤਾ ਜਾਏ। ਇਹਦੇ ਵਿੱਚ ਤਕਰੀਬਨ 2000 ਬੱਚਿਆਂ ਨੇ ਹਿੱਸਾ ਲਿਆ, ਪੋਰਟਫੋਲੀਓ ਬਣਾਏ, ਚਾਰਟ ਬਣਾਏ, PPT ਬਣਾਏ, ਉਹਨਾਂ 'ਚੋਂ ਇੱਕ ਸਕੂਲ ਲੈਵਲ ਦੇ ਪ੍ਰਾਈਜ਼ ਕੱਢੇ ਗਏ ਆ ਔਰ ਸਟੇਟ ਲੈਵਲ ਦੇ ਪ੍ਰਾਈਜ਼ ਕੱਢੇ ਗਏ ਆ। ਇਸ ਤੋਂ ਇਲਾਵਾ ਜਿਹੜੇ ਬੱਚਿਆਂ ਨੇ
ਪਿਛਲੇ ਸਾਲ 2023-22 'ਚ 10ਵੀਂ ਔਰ 12ਵੀਂ CBSE ਦੇ ਬੋਰਡ ਦੇ ਵਿੱਚ ਪੰਜਾਬੀ ਵਿੱਚ 90 ਤੋਂ 90 ਤੋਂ ਵੱਧ ਨੰਬਰ ਲਏ ਆ। 207 ਬੱਚਿਆਂ ਨੂੰ ਅੱਜ ਇੱਥੇ ਸਤਿਕਾਰ ਕੀਤਾ ਗਿਆ ਪੰਜਾਬੀ ਬੋਲੀ 'ਚ, ਪੰਜਾਬੀ ਭਾਸ਼ਾ 'ਚ 90 ਔਰ 90 ਤੋਂ ਵੱਧ ਨੰਬਰ ਲੈਣ ਦੇ ਲਈ। ਔਰ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦਾ ਇਹ ਜਿਹੜਾ ਉਪਰਾਲਾ, ਅਸੀਂ ਇਹ ਸਰਦਾਰ ਹਰਮੀਤ ਸਿੰਘ ਕਾਲਕਾ ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਰਦਾਰ ਜਗਦੀਪ ਸਿੰਘ ਕਾਲੋਂ ਜਨਰਲ ਸਕੱਤਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਹਿਯੋਗ ਦੇ ਨਾਲ ਕਰ ਰਿਹਾ। ਮੈਂ ਆਪਣੇ ਸਾਥੀ ਸਰਦਾਰ ਰਜਿੰਦਰ ਸਿੰਘ ਵਿਰਾਸਤ ਔਰ ਆਪਣੀ ਪੂਰੀ ਕੋਰ ਟੀਮ ਜਿਹਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਦਾ ਪੂਰਾ ਸਹਿਯੋਗ ਰਿਹਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਨੂਰੇ ਪੰਜਾਬੀ 2024 ਜਿਸ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਨੇ ਇਸ ਵਾਰ ਕਮਾਲ ਦਾ ਇਹ ਉਪਰਾਲਾ ਕੀਤਾ ਜਿਸ ਵਿੱਚ ਸਾਰੇ ਹੀ ਗੁਰੂ ਹਰਕ੍ਰਿਸ਼ਨ ਬੱਚਿਆਂ ਨੇ ਜਿੱਥੇ ਆਪਣੇ ਕੰਮ ਦਿਖਾਏ ਪ੍ਰਦਰਸ਼ਨੀ ਦੇ ਵਿੱਚ, ਭਾਵੇਂ ਉਹ ਚਾਰਟ ਹੋਣ, ਭਾਵੇਂ ਉਹ ਪੋਰਟਫੋਲੀਓ ਹੋਣ ਅਤੇ ਭਾਵੇਂ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ OPPTs ਬਣਵਾਈਆਂ ਹੋਣ, ਉਸਦੇ ਵਿੱਚ ਇਹਨਾਂ ਨਿੱਕੇ ਨਿੱਕੇ ਬੱਚਿਆਂ ਨੇ ਇੰਨਾ ਸੋਹਣਾ ਕੰਮ ਕਰਕੇ ਦਿਖਾਇਆ ਹੈ ਜਿਸ ਦੇ ਨਾਲ ਸਾਨੂੰ ਲੱਗਦਾ ਹੈ ਕਿ ਲੋਕ ਕਹਿੰਦੇ ਨੇ ਪੰਜਾਬੀ ਕੱਢਦੀ ਜਾ ਰਹੀ ਹੈ। ਮੈਂ ਕਹਾਂਗੀ ਇੱਕ ਵਾਰੀ ਆ ਕੇ ਵੇਖੋ ਇਹ ਨਜ਼ਾਰਾ ਕਿ ਕਿੱਥੇ ਪੰਜਾਬੀ ਘੱਟ ਰਹੀ ਹੈ ਜਾਂ ਪੰਜਾਬੀ ਦਾ ਨੂਰ ਫੈਲਦਾ ਜਾ ਰਿਹਾ ਹੈ। ਸੋ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਵੱਲੋਂ ਇਹ ਉਪਰਾਲਾ, ਬਾ ਕਮਾਲ ਉਪਰਾਲਾ ਜੋ ਇਹਨਾਂ ਨੇ ਕੀਤਾ, ਉਹ ਦਿਖਾਉਂਦਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬੀ ਭਾਸ਼ਾ ਦੇ ਲਈ ਕਿੰਨੇ ਜ਼ਿਆਦਾ ਪ੍ਰਚਾਰ ਅਤੇ ਪ੍ਰਸਾਰ ਕਰ ਰਹੀ ਹੈ ਔਰ ਕਿੰਨੇ ਹੀ ਕੰਮ ਕਰ ਰਹੀ ਹੈ ਜਿਸ ਦੇ ਨਾਲ ਉਹ ਪੰਜਾਬੀ ਨੂੰ, ਪੰਜਾਬੀਅਤ ਨੂੰ ਕਦੇ ਨੀਵਾਂ ਨਹੀਂ ਹੋਣ ਦੇਣਗੇ। ਮਾਣਯੋਗ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਤਹਿਤ ਮੁਹਿੰਮ ਡਰੱਗ ਐਡਿਕਸ਼ਨ ਡੈਮਸ ਟੂ ਮੈਨਕਾਈਂਡ ਦਾ ਆਗਾਜ਼ ਮਨਜਿੰਦਰ ਸਿੰਘ ਮਾਣਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨਸ਼ਿਆਂ ਵਿਰੁੱਧ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਬਰਨਾਲਾ ਵਿੱਚ ਕੀਤਾ ਗਿਆ। ਇਸ ਮੌਕੇ 'ਤੇ ਉਹਦੇ ਨਾਲ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ BVS ਤੇਜੀ ਸੁਪਰਡੈਂਟ ਆਫ ਪੁਲਿਸ ਉਚੇਚੇ ਤੌਰ 'ਤੇ ਮੌਜੂਦ ਰਹੀ। ਇਸ ਮੌਕੇ 'ਤੇ ਬੋਲਦਿਆਂ ਮਨਜਿੰਦਰ ਸਿੰਘ ਨੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਪ੍ਰਤੀ ਜਾਗਰੂਕ ਕਰਨਾ ਅਤੇ ਇਸ ਦੀ ਵਰਤੋਂ ਨੂੰ ਖਤਮ ਕਰਨਾ ਹੈ। ਇਸ ਤੋਂ ਇਲਾਵਾ ਮਾਣਯੋਗ ਮੈਂਬਰ ਸਕੱਤਰ ਵੱਲੋਂ ਸਖੀ ਵਨ ਸਟੋਪ ਸੈਂਟਰ ਬਰਨਾਲਾ ਵਿੱਚ ਲੀਗਲ ਐਡ ਕਲੀਨਿਕ ਦਾ ਉਦਘਾਟਨ ਕੀਤਾ ਗਿਆ। ਇਸ ਰੈਲੀ ਵਿੱਚ 3 ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਹ ਰੈਲੀ ਜ਼ਿਲ੍ਹਾ ਕੋਰਟ ਕੰਪਲੈਕਸ ਬਰਨਾਲਾ ਤੋਂ ਸ਼ੁਰੂ ਹੋ ਕੇ ਕੋਰਟ ਚੌਂਕ, ਓਵਰ ਬ੍ਰਿਜ, ਨਹਿਰੂ ਚੌਂਕ ਤੋਂ ਹੁੰਦੀ ਹੋਈ ਵਾਪਸ ਕੋਰਟ ਕੰਪਲੈਕਸ ਵਿੱਚ ਸਮਾਪਤ ਹੋਈ। ਆਨਰੇਬਲ ਚੀਫ ਜਸਟਿਸ ਪੰਜਾਬ ਹਰਿਆਣਾ ਹਾਈਕੋਰਟ ਸ਼੍ਰੀ ਸ਼ੀਲ ਨਾਗੋ ਜੀ ਦੀ ਰੋਣਮਾਈ ਅਤੇ ਸਾਡੇ ਕਾਰਜਕਾਰੀ ਚੇਅਰਮੈਨ ਆਨਰੇਬਲ ਗੁਰਮੀਤ ਸਿੰਘ ਸੰਧਾਵਾਲੀਆ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਡਰੱਗ ਐਡਿਕਸ਼ਨ ਦਾ ਇੱਕ ਕੈਂਪੇਨ ਸਾਰੇ ਪੰਜਾਬ 'ਚ ਚਲਾਇਆ ਜਿਹੜਾ ਕਿ 5 ਸਪਤੰਬਰ ਤੋਂ ਲੈ ਕੇ 31 ਅਕਤੂਬਰ ਤੱਕ ਸਾਰੇ ਜ਼ਿਲ੍ਹਿਆਂ 'ਚ ਅਸੀਂ ਇਸ ਨੂੰ ਅਡੋਪਟ ਕਰਨਾ ਹੈ ਤਾਂ ਕਿ ਅਸੀਂ ਸਾਰੇ ਪੰਜਾਬ ਨੂੰ ਇਹ ਸਮਝਾ ਸਕੀਏ ਕਿ ਵੀ ਡਰੱਗਸ ਛੱਡਣੇ ਹੀ ਪੈਣਗੇ। ਜੋ ਸਾਡੇ ਬੱਚਿਆਂ ਦੀ ਹਾਲਾਤ ਹੋ ਰਹੇ ਹਨ ਤਾਂ ਉਹਨਾਂ ਨੂੰ ਸਾਨੂੰ ਛੱਡਣਾ ਹੀ ਪਏਗਾ। ਹੱਸਦਾ ਵੱਸਦਾ ਪੰਜਾਬ 'ਚ ਡਿਵੈਲਪ ਕਰਨ ਲਈ ਅਸੀਂ ਹਰ ਇੱਕ ਨੁੱਕ ਐਂਡ ਕੋਰਨਰ 'ਚ ਜਾਣ ਲਈ ਤਿਆਰ ਹਾਂ ਅਤੇ ਮੇਰੀ ਲੋਕਾਂ ਨੂੰ ਇਹ ਵੀ ਅਪੀਲ ਹੈ ਵੀ ਜੇ ਕਿਸੇ ਨੂੰ ਵੀ ਡਰੱਗ ਅਫੈਕਟਡ ਬੰਦਾ ਦੀ ਪਤਾ ਲੱਗੇ ਉਹ ਸਾਡੇ DLSA ਜਿਵੇਂ ਇੱਥੇ ਬਰਨਾਲਾ DLSA ਸ਼੍ਰੀ ਮਦਨ ਲਾਲ ਜੀ ਹੈਗੇ ਹੈ ਤਾਂ DLSA ਚੇਅਰਮੈਨ BVS ਤੇਜੀ ਸਰ ਹੈ, ਇਹਨਾਂ ਨੂੰ ਕਦੀ ਵੀ ਸੰਪਰਕ ਕਰੋ, ਹਰ ਵੇਲੇ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਕਿ ਜਿਹੜਾ ਵੀ ਯੂਥ ਇੱਧਰ ਨੂੰ ਜਾ ਰਿਹਾ ਉਹਦਾ ਝੁਕਾਅ ਬਦਲਿਆ ਜਾਵੇ। ਐਂਡ ਡਰੱਗ ਐਡਿਕਸ਼ਨ ਦੇ ਨਾਲ ਨਾਲ ਅਸੀਂ ਇੱਕ
ਟ੍ਰੀ ਪਲਾਂਟੇਸ਼ਨ ਡਰਾਈਵ ਵੀ ਚਲਾਈ ਹੈ ਜਿਹੜੀ ਅਸੀਂ 3 ਮਹੀਨੇ ਤੋਂ ਕੰਟੀਨਿਊਸਲੀ ਕਰ ਰਹੇ ਹਾਂ ਥਰੂਆਊਟ ਪੰਜਾਬ, ਤਾਂ ਕਿ ਇਨਵਾਇਰਮੈਂਟ ਅਫੈਕਟਡ ਬਹੁਤ ਹੈ ਸਾਡਾ, ਤਾਂ ਸਾਰਾ ਵਰਲਡ ਹੀ ਇਨਵਾਇਰਮੈਂਟ ਅਫੈਕਟਡ ਹੈ, ਬਟ ਪੰਜਾਬ 'ਚ ਅਸੀਂ ਜ਼ਿਆਦਾ ਤੋਂ ਜ਼ਿਆਦਾ, ਸਾਡੇ ਨਵੇਂ ਚੀਫ ਸਾਹਿਬ ਵੀ ਬਹੁਤ ਇੰਟਰਸਟਿਡ ਹੈ ਪਲਾਂਟੇਸ਼ਨ, ਐਂਡ ਸੰਧਾਵਾਲੀਆ ਸਾਹਿਬ ਨੇ ਸਪੈਸੀਫਿਕਲੀ ਕਿਹਾ ਵੀ ਸਾਰੇ ਪੰਜਾਬ 'ਚ ਜ਼ਿਆਦਾ ਤੋਂ ਜ਼ਿਆਦਾ ਟ੍ਰੀ ਪਲਾਂਟੇਸ਼ਨ ਕਰੀਏ ਤਾਂ ਕਿ ਹਰਿਆ ਭਰਿਆ ਪੰਜਾਬ ਨਜ਼ਰ ਆਵੇ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ ਜਾਂਦੇ ਨਜ਼ਰ ਮਾਰਦੇ ਮੌਸਮ ਦੇ ਹਾਲ 'ਤੇ, ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ, ਧੰਨਵਾਦ।